सुजानपुर के मोहल्ला कमेटी सफाई मजदूर यूनियन सदस्यों ने अपनी चेतावनी के अनुसार कौंसिल कार्यालय का घेराव कर कूड़ा कौंसिल के गेट के आगे फेंक कर जमकर रोष प्रदर्शन किया। लेकिन इस दौरान कौंसिल कार्यालय में छुट्टी का माहौल था, क्योंकि सभी कमरों में ताले लटके थे। इस हलचल की आहट शायद कौंसिल अधिकारियों को पहले ही हो चुकी थी। ईओ विजय सागर मेहता, प्रधान रूपलाल, सैनिटरी इंस्पेक्टर रघु, एसओ सुखविंदर सिंह सभी बयान देने से कतरा रहे हैं। इसीलिए लगातार संपर्क की कोशिश के बावजूद किसी ने भी कौंसिल का पक्ष रखने की जरूरत नहीं समझी। ਅਸੀਂ ਮੈਂ ਅਲੋਕ ਰਨ ਦਾ ਵਸਵਾਈ ਸੇਵਕ ਸੁਜਾਨਪੁਰ, ਜੋ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਅਲਟੀਮੇਟ ਦੇ ਦਿੱਤਾ ਸੀ ਨਗਰ ਕੌਂਸਲ ਨੂੰ ਸੁਜਾਨਪੁਰ ਨੂੰ ਕਿ ਜੋ ਸਾਡੀ ਤਨਖਾਹਾਂ ਵਾ 5-5 ਮਹੀਨੇ ਦੀਆਂ ਉਹ ਸਾਨੂੰ ਦਿੱਤੀਆਂ ਜਾਵੇ। ਲੇਕਿਨ ਉਹਨਾਂ ਨੇ ਅੱਜ ਤੱਕ ਹੁਣ ਦੇ ਟਾਈਮ ਤੱਕ ਅਸੀਂ ਕੱਲ੍ਹ ਦਾ ਦਿਨ ਵੀ ਪੂਰਾ ਕੱਢ ਦਿੱਤਾ, ਅੱਜ ਦਾ ਦਿਨ ਵੀ ਕੱਢ ਕੇ ਹੀ ਹੁਣ ਤੱਕ ਵੇਟ ਕਰਦੇ ਰਹੇ, ਨਾ ਸਾਨੂੰ ਕੋਈ ਮੈਸੇਜ ਮਿਲਿਆ, ਨਾ ਹੀ ਸਾਨੂੰ ਕੋਈ ਉਹਨਾਂ ਨੇ ਗੱਲਬਾਤ ਕੀਤੀ ਕਿ ਤਨਖਾਹ ਦੇਣਾ। ਉਹਦੇ ਕਾਰਨ ਕਿ ਸਾਡੇ ਜੋ ਵੀ ਮਤਲਬ ਕਿ ਇਹ ਹੋਏ ਕਰਦੀ ਆ ਸਮੱਸਿਆ ਜਿਹੜੀ ਕ੍ਰੀਏਟ ਹੋਏ ਕਰਦੀ ਹੈ ਕਿ ਸਾਨੂੰ ਜੇ ਜਵਾਬ ਦੇਣਾ ਸਾਡੀਆਂ ਤਨਖਾਹਾਂ ਤਾਂ ਦੇਵੋ। ਫਿਰ ਇੱਕ ਮੈਂ ਗੱਲ ਪੁੱਛਣਾ ਚਾਹੁੰਦਾ ਕਿ ਇਹਨਾਂ ਕੋਲ ਦੇ ਕੋਲੋਂ ਜੇ ਇਹਨਾਂ ਨੇ ਗੱਲ ਨਹੀਂ ਕਰਨੀ ਕਿ ਸਾਨੂੰ ਕਹਿੰਦੇ ਕਿ ਜਵਾਬ ਦਿੱਤੇ ਦਾ ਵਾ, ਫਿਰ ਕੰਮ ਕਿਸ ਬੇਸ 'ਤੇ ਕਰਾਇਆ ਵਾ? ਸਾਨੂੰ ਸਾਡੇ ਪੈਸੇ, ਸਾਡਾ PF ਫੰਡ, ਸਾਡੀਆਂ ਕਾਪੀਆਂ ਸਾਡੇ ਹੱਥ 'ਚ ਦਿੱਤੀਆਂ ਜਾਣ। ਜੇ ਨਹੀਂ ਦਿੱਤਾ ਜਾਂਦਾ ਅੱਜ ਤਾਂ ਅਸੀਂ ਮਾੜਾ ਜਿੰਨਾ ਕਰ ਦਿੱਤਾ, ਕੱਲ੍ਹ ਹੀ ਜਿਹੜਾ ਵਾਣਾ ਜ਼ਿਆਦਾ ਗੰਦ ਪਾਉਣਾ ਸ਼ੁਰੂ ਕਰ ਦੇਣਾ ਵਾ, ਜਿਹਦੇ ਕਾਰਨ ਇਹ ਕਮੇਟੀ ਘਰ ਹੀ ਸਾਰਾ ਜ਼ਿੰਮੇਵਾਰ ਹੋਏਗਾ। ਜੇ ਸਾਡੇ ਨਾਲ ਕੋਈ ਧੱਕਾ ਹੋਇਆ, ਜੇ ਸਾਡੇ ਨਾਲ ਕੋਈ ਇਹ ਹਲਚਲ ਹੋਈ, ਜੇ ਸਾਡੇ ਵਿਰੁੱਧ ਕੋਈ ਹੋਇਆ, ਤਾਂ ਅਸੀਂ ਇਸ ਤੋਂ ਵੀ ਜ਼ਿਆਦਾ ਗੰਦੀ ਹੜਤਾਲ ਕਰ ਲੈਣੀ ਆ। ਕੱਲ੍ਹ ਤੋਂ ਅਸੀਂ ਰਕਸ਼ਾ ਟਰਾਲੀ ਵਾਲਿਆਂ ਨੂੰ ਵੀ ਰੋਕ ਲੈਣਾ ਵਾ, ਉਹ ਵੀ ਸਾਡੀ ਕੌਮ ਆ। ਜੇ ਅਸੀਂ ਉਹਨਾਂ ਨੂੰ ਕਹਾਂਗੇ ਉਹਨਾਂ ਨੇ ਇੱਕਦਮ ਕੰਮ ਰੋਕਣਾ ਵਾ, ਅਤੇ 100% ਰੋਕਣਾ ਵਾ, ਕਿਉਂਕਿ ਕੌਮ ਸਾਡੀ ਆ ਅਤੇ ਸਾਡੇ ਨਾਲ ਹੀ ਉਹਨਾਂ ਨੇ ਚੱਲਣਾ ਵਾ। ਅਸੀਂ ਸਿਰਫ ਦੇਖੇ ਕਰ ਨਹੀਂ ਕਿ ਸਾਡੇ ਨਾਲ ਸਹਿਮਤ ਹੋ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਏ। ਲੇਕਿਨ ਅਸੀਂ ਇਹ ਗੱਲ ਨਾਲ ਬਿਲਕੁਲ ਸਹੀ ਹੈ, ਤੁਸੀਂ ਪੁੱਛਿਆ ਕਿ ਅਸੀਂ ਪਹਿਲੇ ਕਿਉਂ ਨਹੀਂ ਬੋਲੇ, ਕਿਉਂਕਿ ਸਾਨੂੰ ਪਹਿਲੇ ਈਓ ਸਾਹਿਬ ਨੇ, ਅਮਿਤ ਮਹਾਜਨ ਨੇ ਜਾਂ ਰੂਪੇ ਨੇ ਸਾਡੀ ਕਦੀ ਵੀ ਕੋਈ ਮੀਟਿੰਗ ਨਹੀਂ ਲਈ, ਨਾ ਹੀ ਸਾਨੂੰ ਇਸ ਬਾਰੇ ਦੱਸਿਆ ਰਿਹਾ। ਜਿਹੜਾ ਆਪਣੇ ਪਹਿਲੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਮਹਿਤਾ ਸਾਹਿਬ ਆਏ ਸੀ ਨਾ, ਮਹਿਤਾ ਸਾਹਿਬ ਨੇ ਇਹਨਾਂ 'ਤੇ ਰੇਡ ਮਾਰਨੀ ਸ਼ੁਰੂ ਕਰ ਦਿੱਤੀ। ਮਹਿਤਾ ਸਾਹਿਬ ਨੇ ਮੈਨੂੰ 8 ਵਜੇ ਬੁਲਾਉਣਾ, ਰਾਤ ਦੇ 9:30 ਬੁਲਾਉਣਾ, ਉਹਨਾਂ ਨੇ ਫੋਨ ਕਰਨਾ ਕਿੱਥੇ ਆ ਵੀ ਮੈਂ ਉੱਥੇ ਚੱਲ ਜਾਣਾ ਵਾ। ਫਿਰ ਉੱਥੋਂ ਪਤਾ ਲੱਗਾ ਕਿ ਉਹ ਮਹਿਤਾ ਸਾਹਿਬ ਨੇ ਦੱਸਿਆ ਕਿ ਰੰਧਾਵੇ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਆ। ਮੈਂ ਕਿਹਾ ਜੀ ਮੀਤ ਮਹਾਜਨ ਸਾਨੂੰ ਕਿਸੇ ਰਕਸ਼ੇ ਵਾਲੇ ਨੂੰ 2000 ਦੇ ਕਰਦਾ, ਕਿਸੇ ਨੂੰ 3000 ਦੇ ਕਰਦਾ, ਕਿਸੇ ਨੂੰ 4000 ਦੇ ਕਰਦਾ ਵਾ, ਬਸ ਇੰਨੀ ਤਨਖਾਹਾਂ ਦੇ ਕਰਦਾ, ਅਤੇ 6-6 ਹਜ਼ਾਰ ਰੁਪਏ ਸਾਰਿਆਂ ਨੂੰ ਤਨਖਾਹ ਦਿੱਤੀ ਦੀ ਆ। ਮਹਿਤਾ ਸਾਹਿਬ ਨੇ ਦੱਸਿਆ ਕਿ ਤੁਹਾਡੀ ਪਿੱਛੋਂ ਤਨਖਾਹ 8600 ਰੁਪਏ ਆਇਆ ਕਰਦੀ ਆ, ਬਾਕੀ ਤਨਖਾਹ ਕਿੱਥੇ? PF ਉਹਨੇ ਮੈਨੂੰ ਦੱਸਿਆ ਕਿ PF, ਮੈਂ ਕਿਹਾ ਸਰ ਸਾਨੂੰ ਤਾਂ ਅੱਜ ਤੱਕ ਪਤਾ ਨਹੀਂ ਕਿ PF ਜਿਹੜਾ ਵਾ ਕਿੱਦਾਂ ਨੇ। ਕਹਿੰਦਾ ਸ਼ਦਈਆ PF ਤੁਹਾਡਾ ਹੀ ਆ, ਤੁਹਾਡੇ ਸਿਰ, ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਮਾਰੇ ਕਰਦੇ ਆ। ਉਹਨਾਂ ਨੇ ਹੀ ਸਾਨੂੰ ਇਹ ਗੱਲ ਦਾ ਪੂਰਾ ਹੀ ਵੇਰਵਾ ਕੱਢ ਕੇ ਦੱਸਿਆ ਸੀ। ਇਹ ਸਫਾਈ ਦਾ ਠੇਕਾ ਜਿਹੜਾ ਵਾ ਨਾ, ਇਹ ਆਕਰਸ਼ਣ ਮਹਾਜਨ ਆ ਜਿਹਦੀ ਸੁਸਾਇਟੀ ਚੱਲਦੀ ਪਈ ਆ, ਲੇਕਿਨ ਉਹ ਸੁਸਾਇਟੀ ਸਿਰਫ ਯੂਜ਼ ਮਤਲਬ ਉਹਦੇ ਨਾਂ ਦੀ ਸੁਸਾਇਟੀ ਹੀ ਚੱਲੇ ਕਰਦੀ ਆ, ਆਕਰਸ਼ਣ ਮਹਾਜਨ ਨਹੀਂ ਕਰਦਾ। ਇਹ ਸਾਰਾ ਠੇਕਾ ਜਿੰਨਾ ਵੀ ਆ, ਬੋਵੀ ਦਾ ਵਿੱਚ ਕੋਈ ਲੈਣ ਦੇਣ ਨਹੀਂ, ਜਿੰਨੇ ਵੀ ਠੇਕੇ ਆ ਦੋਨੇ ਠੇਕੇ ਅਮਿਤ ਮਹਾਜਨ ਦੇ ਹੀ ਹੈ ਆ, ਉਹੀ ਹੀ ਪੈਸੇ ਦਿੰਦਾ, ਉਹੀ ਹੀ ਹਰੇ ਕਰਦਾ। ਆਕਰਸ਼ਣ ਮਹਾਜਨ ਜੋ ਹੈਗਾ ਨਾ, ਉਹ ਅਮਿਤ ਤੋਂ ਬਗੈਰ ਨਹੀਂ ਹਿਲਦਾ। ਦੂਸਰਾ ਨੰਬਰ, ਆਕਰਸ਼ਣ ਮਹਾਜਨ ਨੇ ਪੂਰਾ ਪੂਰਾ ਕਲੀਅਰਲੀ ਸਾਫ ਦਿੱਤੇ ਦਾ ਵਾ, ਆਕਰਸ਼ਣ ਮਹਾਜਨ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਕਿ ਉਹਨੇ ਪੈਸਾ ਖਾਧਾ ਜਾਂ ਕੁਛ ਕੀਤਾ, PF ਕਦੇ ਕਿਸੇ ਨੇ ਆਕਰਸ਼ਣ ਮਹਾਜਨ ਦਾ ਇਹਦੇ 'ਚ ਬਿਲਕੁਲ ਕਲੀਅਰ ਹੈ। ਕਿਉਂਕਿ ਉਹਦੀ ਸਿਰਫ ਸੁਸਾਇਟੀ ਹੀ ਯੂਜ਼ ਕਰੇ ਕਰਦਾ, ਉਹ ਸੁਸਾਇਟੀ EO ਦੇ ਨਾਲ, ਸੈਂਟ ਇੰਸਪੈਕਟਰ ਦੇ ਨਾਲ,
तो अमित महाजन सारे रल के ही यूटिलाइज करे करते हैं पैसा धेले का जो लेन देन अमित महाजन ही करे करता अमित महाजन ने ही वो कापियां जिहड़ियां रखी दियां तां अज तक उन्हें भी इन्नी दौर बाद होई अजे तक उन्हें सानू कापियां नहीं दित्तियां जे वो सच्चा हुंदा जे उहदे कोल कोई भी इस कमी घाटी ना हुंदी वो सानू कापियां जिहड़ियां सानू डेड ऑन स्पॉट ते ही दे देणे कि पा आलो फड़ अपनियां कापियां मैं साफ हाँ क्योंकि अमित महाजन साफ नहीं आ वह मिली भगत नाल इहो दी ते रुपए की मिली भगत नाल ही सारा काम होए करदा वा जिथे चार बंदे नाले आते दस बंदे लिखे रहे लाए दे चार बंदे उन्होंने पैसे कितने जाए करे पिछले दिनों दे विच ट्राली दे उत्ते अठ वर्कर काम करते जिन्हों तो दो दो बंदे काम करते ही बाकी जिहड़े पैसे वह किन्ने खाते आ मेरी अज तक की तनखा पांच छः महीने हो गए मैनू यूटिलाइज की तरह मेरी तनखा नहीं पाई हले तक रुबिनसन वो नहीं पाई ग्राउंड अजय है तनखा दूसरे किसी की भी तनखा नहीं पाई क्यों नहीं पाए करते तनखावा कि गलों नहीं पाए करते बै सू तनखावा अमित महाजन दिता एवं किसी का ना लाइए अमित महाजन ही पैसे दिता ही अमित महाजन बोवी भाव पैसे दिता ही अमित महाजन ही सारे क्योंकि ठेके ही वह कराता ही सिर्फ एक ना का मी बोवी सुनियारे का ना लाया कि बोवी सुनियारा जी और कोई सुलेख नहीं ना ही सारे ठेके जिन्हें भी दोनों ठेके सारे अमित महाजन दे अज इन्हों जो अल्टीमेट दिता ही यह कोई भी नहीं आया क्योंकि झूठे आ जे सच्चे होंगे तो उन्होंने सच्चाई का सामना करना ही क्योंकि अं सच्चे हाँ अं सच्चे अं इतें आ वह झूठे आ तो दौड़े दे केस कोलो दौड़े क्यों कि चोरों के कभी पैर नहीं होंगे क्योंकि कमेटी से जो भी गलत काम जो भी होगा सारा देख सोखते हुए करता वा सा अगला स्टैप कि सू जिन्नी तक तनखा नहीं देंगे सा जिन्ना बकाया बनता साढ़े हाथ दर्द कम तो जिन्हों मर्जी ला जिस तरह मर्जी ला लेकिन एक गल चेता रखना कि जे बाहरों आके बंदे काम किए जे लगे अं बंद कुछ नहीं करना जोड़ा काम कराता होगा चाहे मेरी कौम तो है अभी लत्त तोड़ देनिया उसी टाइम के तो सारा जोड़ा भी मतलब कि रिक्वायरमेंट होएगा यह सारा ही कराने वाला होएगा इंस्पैक्टर साहब जो रघु गुप्ता वा रघु गुप्ता शुरू शुरू तो आया तो बहुत सच्चाई का ही अमित महाजन ने मेरे एक वर्कर को गाल कढ़ी अमित महाजन ने उसके सामने मतलब सेंटरी के सामने गाल कढ़ी मैं उसका विरोध किया तो उन्होंने मेरे नाल लड़ाई पाई लेकिन रघु जो गुप्ता वा सच्चाई तो ही लेकिन वो उस टाइम तो मुकर गया इस करके क्योंकि हुण रघु भी इन्हें मिली भगत के नाल रघु भी इन्हें इनवॉल्व हो गया वा जो भी पैसे तनखा बारे पहुंचने वह कहता रघु को जाओ रघु कहता उद को जाओ क्योंकि मिली भगत बन गई थी इन्होंने सारे की क्यों बनी दी मैं सरकार अगे इको बेनती करना कि रघु गुप्ता भी इो न भी अमित महाजन भी इतों बदल दिता जाए क्योंकि एक कहावत है कि दूर के ढोल सुहावने लगते लेकिन घर के ढोल सुहावने लगते क्यों कि बिस्तरे तो उठना ड्यूटी तो आ जाना इतों जाना ड्यूटी तो कौन आएगा तो किदा आएगा तो यह कि सिस्टम चले करता वा लेकिन गरीबों का हक खाने वाला इंसान अज तक कभी सुखी नहीं होया क्योंकि जो साडा हक खाधा वा तो सानू कढ़ाने आता वा मेरा नाम बिना वा तो सानू कोई तनखाह दी हल नहीं तो साडियां पंजां पंजां महीने दी तनखावां नहीं दित्तियां जांदियां किन्नी देर तो काम कर रहे सानू 22 साल हो गए लग्या नू साडे कुछ नहीं तो साडा हल कीता जाए तो जो असं आने ये बूहे बूहे बंद करके दौड़ जाते अमित भी दौड़ जाता सारे दौड़ जाते प्रेजिडेंट भी दौड़ गया तो अज भी कोई नहीं अज भी असं आए हाँ अज भी नहीं कोई तो साड़िया तनखावं दिखा जान तो असं साड़िया बी एफ दिया कापियां भी दिखाई जान मंग सा पूरी की जाए साड़िया बोबी को भी आमित को भी आने पैसे हाँ थोड़े अं पैसे पता करा तो अभी आपे रखा करा अपने को सामभ के तो उन्होंने दिखाई नहीं सानू दिखा नहीं उदन भी असं कापियां लुके आ नहीं दिखाई सू कापियां ठीक है हाँ जी कहते असं आपे कढ़ा के तहन देंगे जो कहते लिखाने तो फिर देने तो कापियां लो असं किन्नी हारी क्या इन्हों कापियां लो कहें भी असं तुम्हें चिट्टे कागज़ से लिखावे तो फिर असं कोरे से ते असी फिर हाँ जी नहीं जी असी नहीं हूँ जाते काम से जे सू तनखाव नहीं तो अं काम से करना जाके अपने इन्होंने गिस्से भरे होंगे कि कुत्ता मर जाता ता भी रख लेंगे तो साढ़े तो बेचारे 22 साल हो गए साढ़े तो झाड़ू मार मार के हाथ भी कस गए कोई झाड़ू इन्होंने बंद कर दते नहीं तो झाड़ू देंगे जी पिछले काफ़ी लंबे समय तो महला सफाई सेवकों की जी हड़ताल चल रही है नगर कौंसल वालों उन्होंने जी तनखा नहीं दी जा रही नगर कौंसल नू पहल दे आधार से जी इन्हों की तनखाह जी बनती देनी चाहिए है अज ये लोग 10-20 की तादाद ने अगर इन्हों लोगों की गरीबों की तनखा नगर कौंसल नहीं देगी हो सकता आने वाले टाइम के सारे MCs जिन्हें भी शहर के स्थानीय लोग ने
ਇਹਨਾਂ ਨਾਲ ਖੜੋਣ ਦੇ ਵਿੱਚ ਆਪਣੀ ਸ਼ਾਨ ਮਹਿਸੂਸ ਕਰਨਗੇ, ਕਿਉਂਕਿ ਸਭ ਤੋਂ ਮਿਹਨਤੀ ਕੰਮ ਜਿਹੜਾ ਸ਼ਹਿਰ ਦੇ ਵਿੱਚ ਇਹ ਲੋਕ ਕਰਦੇ ਨੇ। ਇਹਨਾਂ ਦੀਆਂ ਤਨਖਾਹਾਂ ਸਗੋਂ ਪਹਿਲ ਦੇ ਆਧਾਰ 'ਤੇ ਦੇ ਕੇ ਵਧਾਉਣੀਆਂ ਵੀ ਚਾਹੀਦੀਆਂ, ਔਰ ਇਹਨਾਂ ਨੂੰ ਜਿਹੜੀ ਪੱਕੇ ਕਰਨ ਦੀ ਡਿਮਾਂਡ ਵੀ ਰੱਖਣੀ ਚਾਹੀਦੀ ਹੈ, ਜਿਹੜਾ ਇੱਕ ਸਾਡਾ ਇੱਕ ਇਨਸਾਨੀ ਫਰਜ਼ ਬਣਦਾ। ਅਗਰ ਦੋ ਜਾਂ ਤਿੰਨ ਦਿਨ ਦੇ ਅੰਦਰ ਅੰਦਰ ਇਹਨਾਂ ਦੀ ਤਨਖਾਹ ਨਹੀਂ ਦਿੱਤੀ ਗਈ ਮੌਕੇ ਦੇ ਮੁਤਾਬਕ, ਇਹਨਾਂ ਦੇ ਨਾਲ ਸੰਘਰਸ਼ ਜਿਹੜਾ ਤੇਜ਼ ਕੀਤਾ ਜਾਏਗਾ, ਸ਼ਹਿਰ ਨੂੰ ਲੈ ਕੇ ਨਾਲ ਚਲਿਆ ਜਾਏਗਾ, ਜਲੂਸ ਸ਼ਹਿਰ 'ਚ ਵੀ ਕੱਢਿਆ ਜਾਏਗਾ ਔਰ ਇਸ ਪ੍ਰਦਰਸ਼ਨ ਨੂੰ ਉਗਰ ਕੀਤਾ ਜਾਏਗਾ। ਮੇਰੀ ਇਹੀ ਮੰਗ ਹੈ ਈਓ ਅੱਗੇ ਔਰ ਨਗਰ ਕੌਂਸਲ ਪ੍ਰਧਾਨ ਦੇ ਅੱਗੇ ਕਿ ਇਹਨਾਂ ਦੀ ਤਨਖਾਹ ਜਿਹੜੀ ਜਲਦ ਤੋਂ ਜਲਦ ਦੇਣ ਦੀ ਕਿਰਪਾਲਤਾ ਕੀਤੀ ਜਾਏ, ਨਹੀਂ ਤਾਂ ਨੁਕਸਾਨ ਦੀ ਜਿਹੜੀ ਭਰਪਾਈ ਆ ਉਹ ਕਮੇਟੀ ਕਰੇਗੀ। ਜੈਨ ਜਾਵਾ, ਦੇਖੋ ਇਹ ਹਰ ਸਾਲ ਟੈਂਡਰ ਹੁੰਦਾ, ਇਹ ਠੇਕੇਦਾਰ ਦੀ ਲੇਬਰ ਹੈ, ਇਹ ਜਿਹੜਾ ਠੇਕਾ ਪਹਿਲੇ ਕਰਨਾ ਇਹ ਨਗਰ ਕੌਂਸਲ ਦਾ ਈਓ ਦਾ ਕੰਮ ਹੈ ਕਿ ਉਹਨੂੰ ਹਾਊਸ ਦੇ ਵਿੱਚ ਲੈ ਕੇ ਆਏ ਵੀ ਅੱਜ ਜਿਹੜਾ ਇਹ ਡੇਢ ਮਹੀਨੇ ਨੂੰ ਠੇਕਾ ਕੈਂਸਲ ਹੋ ਰਿਹਾ, ਇਹਨੂੰ ਅੱਗੇ ਰਿਪੀਟ ਠੇਕਾ ਜਿਹੜਾ ਕੀਤਾ ਜਾਏ, ਇਹ ਜ਼ਿੰਮੇਵਾਰੀ ਜਿਹੜੀ ਨਗਰ ਕੌਂਸਲ ਦੀ ਬਣਦੀ ਹੈ। ਵਿਕਟੋਰੀਆ ਸਟੇਟ ਪਠਾਨਕੋਟ ਵਿੱਚ ਖੁੱਲ ਗਿਆ ਹੈ ਡਿਸਕਾਊਂਟ ਵੇਅਰ ਹਾਊਸ ਸ਼ੋਰੂਮ, ਜਹਾਂ ਪਰ ਆਪਕੋ ਮਿਲੇਗੇ ਬ੍ਰਾਂਡ ਸ਼ੂਜ਼, ਇਲੈਕਟ੍ਰੋਨਿਕ ਆਈਟਮਸ, ਹੋਮ ਐਂਡ ਕਿਚਨ ਅਪਲਾਈਂਸਿਸ, ਵੋ ਵੀ 50% ਡਿਸਕਾਊਂਟ ਪਰ। ਸੋ ਵਾਟ ਆਰ ਯੂ ਵੇਟਿੰਗ ਫੋਰ? ਕਮ ਟੂ ਡਿਸਕਾਊਂਟ ਵੇਅਰ ਹਾਊਸ, ਬੈਸਟ ਪ੍ਰਾਈਸ ਐਨੀਵੇਅਰ, ਡਿਫੈਂਸ ਰੋਡ, ਵਿਕਟੋਰੀਆ ਸਟੇਟ, ਪਠਾਨਕੋਟ।